ਹਾ ਜੇ ਇਹ ਸਮਝਦਾ ਸੀ ਕਿ ਜ਼ਰੂਰੀ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਕਿਉਂਕਿ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਇਹ ਜਿਹੜੇ ਆਪਣੇ ਆਪਣੇ ਚੈਨਲ ਆਪਣੇ ਆਪ ਕੋਲੀ ਜਾਂਦੇ ਨੇ ਲੋਕ ਔਰ ਗਲਤ ਗੱਲਾਂ ਲੋਕਾਂ ਦਾ ਪ੍ਰਚਾਰ ਕਰਦੇ ਨੇ ਗਲਤ ਗੱਲਾਂ ਲੋਕਾਂ ਨੂੰ ਦੱਸਦੇ ਨੇ ਔਰ ਇਹ ਹੋਣਾ ਨਹੀਂ ਚਾਹੀਦਾ ਇਹਦਾ ਤਾਂ ਚਲੋ ਅਸੀਂ ਕਾਨੂੰਨੀ ਤੌਰ ਤੇ ਇਸ ਗੱਲ ਨੂੰ ਦੇਖਾਂਗੇ ਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਚੈਨਲ ਆਪਣੇ ਆਪਣੇ ਜੋ ਤੁਸੀਂ ਕਹਿਣਾ ਕਹਿਣਾ ਚਾਹੁੰਦੇ ਹੋ ਤੁਸੀਂ ਕਹੋ ਸਹੀ ਗੱਲਾਂ ਕਰਨੀਆਂ ਨੇ ਕੋਈ ਉਸ ਉਹਦੇ ਖਿਲਾਫ ਨਹੀਂ ਲੇਕਿਨ ਜਦੋਂ ਤੁਸੀਂ ਗਲਤ ਗੱਲਾਂ ਕਰਦੇ ਹੋ ਜਿਹਦੇ ਨਾਲ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਲੋਕਾਂ ਨੂੰ ਤੁਸੀਂ ਗਲਤ ਗੱਲਾਂ ਦੱਸਦੇ ਹੋ ਇਹ ਬਿਲਕੁਲ ਨਹੀਂ ਹੋ ਸਕਦਾ। ਔਰ ਇਹ ਮੈਂ ਇਸ ਲਈ ਤੁਹਾਨੂੰ 14 ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ। ਪਹਿਲੀ ਗੱਲ ਤਾਂ ਜਿਹੜੀ ਮੈਂ ਕਰਨੀ ਸੀ ਕਿ ਇਹੀ ਗੱਲਾਂ ਦੇ ਵਿੱਚੋਂ ਕਿ ਤੁਹਾਡੇ ਸਾਹਮਣੇ ਗੱਲਾਂ ਦੋ ਆਈਆਂ ਨੇ। ਇੱਕ ਤਾਂ ਟੈਸਟਿੰਗ ਨਾ ਕਰਾਓ। ਔਰ ਦੂਸਰਾ ਕਿ ਲੋਕਾਂ ਦੇ ਕੋਈ ਕੋਈ ਚੀਜ਼ਾਂ بدن ਦੇ ਵਿੱਚੋਂ ਕੋਈ ਕਿਡਨੀ ਕੱਢ ਲੈਂਦਾ ਹੈ ਜਾਂ ਕੋਈ ਹੋਰ ਚੀਜ਼ ਕੱਢ ਲੈਂਦਾ ਹੈ ਇਹ ਬਿਲਕੁਲ ਪਤਾ ਨਹੀਂ ਕੌਣ ਇਹ ਜੀ ਗੱਲਾਂ ਫਲਾ ਫਲਾ ਸਕਦੇ ਨੇ ਉਹ ਜੋ ਪੰਜਾਬ ਦੇ ਦੁਸ਼ਮਣ ਨੇ ਜੋ ਦੇਸ਼ ਦੇ ਦੁਸ਼ਮਣ ਨੇ ਔਰ ਉਹੀ ਗੱਲਾਂ ਇਹ ਕਰ ਸਕਦੇ ਨੇ ਜਿਹਦੇ ਨਾਲ ਤਾਂ ਕਿ ਲੋਕਾਂ ਦੇ ਵਿੱਚ ਇੱਥੇ ਘਬਰਾਹਟ ਆ ਜਾਵੇ ਇਸ ਸੂਬੇ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਪਤਾ ਨਹੀਂ ਪੰਜਾਬੀਆਂ ਦੇ ਵਿੱਚ ਕਦੇ ਘਬਰਾਹਟ ਨਹੀਂ ਆਉਂਦੀ ਲੇਕਿਨ ਉਸ ਤੋਂ ਇਲਾਵਾ ਏ ਵੀ ਆਪਾਂ ਨੂੰ ਸਮਝਣਾ ਚਾਹੀਦਾ ਕਿ ਕਰਦੇ ਕੌਣ ਨੇ ਹੋ ਸਕਦਾ ਹੈ ਪਾਕਿਸਤਾਨ ਕਿਉਂਕਿ ਪਾਕਿਸਤਾਨ ਇਹ ਗੱਲਾਂ ਕਰਦਾ ਹੈ ਹਥਿਆਰ ਭੇਜਦਾ ਹੈ ਇੱਥੇ ਇਹ ਚਿੱਟਾ ਭੇਜਦਾ ਹੈ ਇੱਥੇ ਇਹ ਲੋਕ ਭੇਜਦੇ ਐ ਇਥੇ ਕਤਲ ਕੋਟਲ ਕਰਨ ਵਾਸਤੇ ਹੋ ਸਕਦਾ ਹੈ ਉਹ ਹੋ ਸਕਦਾ ਹੈ ਹੋਰ ਬੰਦੇ ਹੋ ਸਕਦਾ ਹੈ ਕੋਈ ਸਿਆਸੀ ਚਾਲਾਂ ਨੇ ਇਹ ਮੈਂ ਕਹਿ ਨਹੀਂ ਸਕਦਾ ਇਸ ਵੇਲੇ ਲੇਕਿਨ ਜੇ ਇਹ ਗੱਲਾਂ ਹੋ ਰਹੀਆਂ ਨੇ ਇਹ ਬਿਲਕੁਲ ਗਲਤ ਨਹੀਂ ਪਹਿਲੀ ਗੱਲ ਤਾਂ ਇਹ ਹੈ ਹੁਣ ਲੋਕ ਕਹਿੰਦੇ ਨੇ ਕਿ ਆਕਸੀਮੀਟਰ ਕਰੋ ਆਕਸੀਮੀਟਰ ਕੀ ਹੁੰਦਾ ਹੈ ਉਂਗਲ ਤੇ ਤੁਹਾਡਾ ਇੱਕ ਛੋਟੀ ਜੀ ਮਸ਼ੀਨ ਲਾ ਦਿੰਦੇ ਨੇ ਔਰ ਉਹ ਦੱਸ ਦਿੰਦਾ ਹੈ ਕਿ ਤੁਹਾਡੇ ਬਦਨ ਦੇ ਵਿੱਚ ਕਿੰਨਾ ਆਕਸੀਜਨ ਜਜ਼ਬ ਹੋ ਰਿਹਾ ਹੈ ਔਰ ਉਹ ਅਗਰ ਉਹ ਜਿੰਨਾ 94 ਤੋਂ ਥੱਲੇ ਹੈ ਫਿਰ ਲੋਕਾਂ ਨੂੰ ਆਪਣਾ ਉਹਦਾ ਮਤਲਬ ਹੈ ਕਿ ਬਦਨ ਦੇ ਵਿੱਚ ਆਕਸੀਜਨ ਘਟ ਜਾ ਰਿਹਾ ਹੈ ਫਿਰ ਕੀ ਕਰਨਾ ਪਊ ਤੁਹਾਨੂੰ ਇਹਦੇ ਨਾਲ ਤਾਂ ਸਿਰਫ ਤੁਹਾਨੂੰ ਆਕਸੀਜਨ ਦਾ ਹੀ ਦੱਸ ਸਕਦੇ ਨੇ ਨਾ ਫੇਰ ਤੁਹਾਨੂੰ ਜਾ ਕੇ ਟੈਸਟ ਕਰਾਉਣਾ ਪਊ ਕਰੋਨੇ ਦਾ ਕਿ ਕਰੋਨਾ ਤਾਂ ਨਹੀਂ ਇਹਦਾ ਮਤਲਬ ਇਹ ਨਹੀਂ ਇਹ ਕਿ ਉਹ ਟੈਸਟਾ ਸਿਰਫ ਤੁਹਾਨੂੰ ਦੱਸਦਾ ਹੈ ਕਿ ਆਕਸੀਜਨ ਤੁਹਾਡੇ ਬਦਨ ਦੇ ਵਿੱਚ ਕਿੰਨਾ ਜਜ਼ਬ ਹੋ ਰਿਹਾ ਔਰ ਹੋ ਸਕਦਾ ਹੈ ਇਹ ਨਹੀਂ ਜ਼ਰੂਰੀ ਕਿ ਕਰੋਨਾ ਦੇ ਨਾਲ ਹੀ ਇਹ ਹੁੰਦਾ ਜਦੋਂ ਵੀ ਮੈਂ ਆਪਣੇ ਮੈਡੀਕਲ ਟੈਸਟ ਕਰਾਉਣਾ ਇੱਕ ਸਾਲ ਚ ਇੱਕ ਵਾਰ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਆਹੀ ਉਂਗਲ ਤੇ ਪਾ ਕੇ ਦੇਖਦੇ ਨੇ ਕਿ ਤੁਹਾਡਾ ਆਕਸੀਜਨ ਟੈਸਟ ਕਿੰਨਾ ਹੈ ਉਹਨਾਂ ਕਰੋਨਾ ਸੀ ਕੋਈ कोरोना ਨਹੀਂ ਹੁੰਦਾ ਸੀ ਉਹਦੋਂ করোনা ਤਾਂ 6 ਮਹੀਨੇ ਪਹਿਲਾਂ ਆਇਆ ਹੈ ਦੇਖਣ ਇਹ ਸਿਰਫ ਤੁਹਾਨੂੰ ਦੱਸੇਗਾ ਕਿ ਕੀ ਇਹ ਤੁਹਾਡੇ ਵਿੱਚ ਬਿਮਾਰੀ ਹੈ ਕਿ ਬਿਮਾਰੀ ਹੈ ਜਾਂ ਕੁਝ ਠੀਕ ਨਹੀਂ ਫਿਰ ਤੁਹਾਨੂੰ ਡਾਕਟਰ ਕੋਲ ਜਾਣਾ ਪਊਗਾ ਔਰ ਡਾਕਟਰ ਪਹਿਲਾਂ ਇਸ ਆਵਾ ਦੇ ਵਿੱਚ ਪਹਿਲਾਂ ਤੁਹਾਡਾ ਕੋਰੋਨਾ ਦਾ ਟੈਸਟ ਕਰਾਊਗਾ ਫਿਰ ਹੋਰ ਚੀਜ਼ਾਂ ਦੇਖਣ ਗਿਆ ਤਾਂ ਇਸ ਗੱਲ 'ਚ ਨਹੀਂ ਤੁਸੀਂ ਆਣਾ ਕਿ ਇਸ ਆਕਸੀਜਨ ਮੀਟਰ ਨਾਲ ਹੀ ਸਭ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਦੂਸਰਾ ਆ ਜਿਹੜੇ بدن ਦੇ ਵਿੱਚੋਂ ਕੱਢ ਕੇ ਤੁਹਾਡੇ ਕਿਡਨੀ ਜਾਂ ਕੁਝ ਹੋਰ ਚੀਜ਼ ਦੇਣੀ ਹੈ ਇਹ ਬਿਲਕੁਲ ਝੂਠ ਹੈ ਤੁਸੀਂ ਆਪ ਦੇਖੋ ਕਦੇ ਇਹ ਜਦ ਜਦ ਕਰੇ ਕਿਸੇ ਦਾ ਸੰਸਕਾਰ ਹੁੰਦਾ ਜੋ ਕਰੋਨਾ ਤੋਂ ਮਰਦਾ ਸਾਰੇ ਉੱਪਰ ਤੋਂ ਨੀਚੇ ਤੱਕ ਤਾਂ ਸੂਟ ਪਾਈ ਫਿਰਦੇ ਨੇ ਕਿਉਂ ਪਾਈ ਫਿਰਦੇ ਨੇ ਕਿਉਂਕਿ ਉੱਥੋਂ ਬਦਨਾ ਤੋਂ ਬਿਮਾਰੀ ਆ ਸੀਦੀ ਉਸ ਬੰਦੇ ਤੇ ਇਹੀ ਹੋਇਆ ਸਾਡਾ ਰਾਸ਼ਟਰਪਤੀ ਜੀ ਜਿਹੜੇ ਪੂਰੇ ਹੋਨੇ ਵਿਚਾਰੇ ਪ੍ਰਣਾਮ ਮੁਖਰ ਜੀ ਉਹਨਾਂ ਦਾ ਵੀ ਸੰਸਕਾਰ ਹੋ ਰਿਹਾ ਸੀ ਸਾਰਿਆਂ ਨੇ ਤਲੇ ਤੋਂ ਉੱਪਰ ਤੱਕ ਇਹ ਇਹ ਜਿਹੜਾ ਸੂਟ ਪਾਉਂਦੇ ਨੇ ਡਾਕਟਰ ਇਸ ਕੰਮ ਵਾਸਤੇ ਉਹਨਾਂ ਨੇ ਪਾਇਆ ਸੀ ਤਾਂ ਇਹ ਮੇਰਾ ਮਤਲਬ ਕਹਿੰਦਾ ਇਹ ਗੱਲਾਂ 'ਚ ਨਾਓ ਕੋਈ ਕੋਈ ਇਥੇ ਇਹਦੇ ਕੋਈ ਬदन ਦੇ ਵਿੱਚੋਂ ਕੁਝ ਕੱਢਣੀ ਕੱਢ ਨਹੀਂ ਸਕਦੇ ਨਾ ਕੱਢਣ ਨਾ ਕੋਈ ਡਾਕਟਰ ਹੱਥ ਲਾਏ ਨਾ ਕੋਈ ਵੀ ਹੱਥ ਲਾਏ ਇਸ ਕੰਮ ਨੂੰ ਇਹਦਾ ਸਿਰਫ ਗੁੰਮਰਾਹ ਕਰਨ ਦੀਆਂ ਗੱਲਾਂ ਇੱਥੇ ਕੀਤੀਆਂ ਜਾ ਰਹੀਆਂ ਨੇ ਅ ਅੱਜ ਅਸੀਂ ਔਖੀ ਕੜੀ ਵਿੱਚੋਂ ਗੁਜ਼ਰ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਪਹਿਲੀ ਵਾਰ ਨਹੀਂ ਦੱਸ ਰਿਹਾ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਬੜੇ ਕੋਸ਼ਿਸ਼ ਕਰ ਰਹੇ ਹਾਂ ਸਾਰੀ ਗੱਲਾਂ ਕਰ ਰਹੇ ਹਾਂ ਲੇਕਿਨ ਮੈਂ ਇਹ ਵੀ ਦੱਸਿਆ ਸੀ ਤੁਹਾਨੂੰ ਕਿ ਜੋ ਦੁਨੀਆ ਦੇ ਵਿੱਚ ਅੱਜ ਫੈਲ ਰਿਹਾ ਹੈ ਅਮਰੀਕਾ ਚ ਹੋਰ ਜਗ੍ਹਾ ਚ ਇਹ ਪਹਿਲਾਂ ਇੱਕਦਮ ਤੇਜ਼ੀ ਨਾਲ ਉੱਪਰ ਚੜਦੀ ਹੈ ਬਿਮਾਰੀ ਫਿਰ ਥੋੜੀ ਦੇਰ نیچے ਆ ਜਾਂਦੀ ਹੈ ਫਿਰ ਚੜ ਜਾਂਦੀ ਹੈ ਇਹਨੂੰ ਸਪਾਈਕ ਕਹਿੰਦੇ ਨੇ ਉੱਪਰ ਸਪਾਈਕ ਇੱਕ ਫਿਰ ਦੂਜਾ ਸਪਾਈਕ ਤੇ ਤੀਜਾ ਸਪਾਈਕ ਇਸ ਕਿਸਮ ਦਾ ਕੰਮ ਇਹ ਹੋ ਜਾਂਦਾ ਇਸ ਵੇਲੇ ਸੋਨੇ ਅਮਰੀਕਾ ਦੇ ਵਿੱਚ ਸੈਕੰਡ ਸਪਾਈਕ ਆ ਗਿਆ ਸਾਡੇ ਵਿੱਚ ਤਾਂ ਹਾਲੇ ਪਹਿਲੀ ਵਾਰ ਉੱਪਰ ਨੂੰ ਚੜ ਰਿਹਾ ਹੈ ਹਿੰਦੁਸਤਾਨ ਦੇ ਦੇਖੋ ਕਿੰਨੇ ਲੱਖਾਂ ਲੋਕਾਂ ਨੂੰ ਹੋਇਆ ਹੋਇਆ ਹੈ ਇਹ ਕਰੋਨਾ ਔਰ ਇੱਥੇ ਅਸੀਂ ਕਾਫੀ ਕਾਬੂ ਕਰ ਲੇਤਾ ਹੁਣ ਮੈਂ ਤੁਹਾਨੂੰ ਆંકੜੇ ਦੱਸਾਂ ਕਿੰਨੇ ਕਾਬੂ ਕੀਤਾ ਅਸੀਂ ਆ ਰੋਜ਼ ਆ ਆਮ ਆਂਗਿ ਵਾਲੇ ਇੱਥੇ ਰੌਲਾ ਪਾਉਂਦੇ ਨੇ ਕਿ ਦਿੱਲੀ ਦੇ ਵਿੱਚ ਉਸਨੇ ਕੰਟਰੋਲ ਕਰ ਲਿਆ ਕੇਂਦਰੀਵਾਲ ਨੇ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਆ ਸੁਣ ਲਓ ਮੇਰੀ ਆਕੜੇ ਦੇਖ ਲਓ ਤੁਸੀਂ ਲਿਖ ਲਓ ਅਗਰ ਦੇਖਣਾ ਚਾਹੁੰਦੇ ਹੋ ਦਿੱਲੀ ਦੀ ਆਬਾਦੀ 1 ਕਰੋੜ 90 ਲੱਖ ਹੈ ਔਰ ਪੰਜਾਬ ਦੀ 2 ਕਰੋੜ 80 ਲੱਖ ਤੋਂ ਅਸੀਂ ਦਿੱਲੀ ਨਾਲੋਂ ਬਹੁਤ ਜ਼ਿਆਦਾ ਹੈ ਸਾਡੀ ਆਬਾਦੀ ਲੇਕਿਨ ਸਾਡੇ ਜਿਹੜੇ ਇਸ ਵੇਲੇ ਕੇਸ ਨੇ 60000 ਨੇ ਔਰ ਦਿੱਲੀ ਦੇ ਵਿੱਚ ਨੇ 182000 ਕੇਸ ਔਰ ਮੌਤਾ ਸਾਡੇ ਇਹ ਇਹ ਦਸਤਾਂ ਪੰਜਾਬ ਦੇ ਵਿੱਚ ਹੋਈਆਂ ਨੇ 1739 ਔਰ ਦਿੱਲੀ ਦੇ ਵਿੱਚ 4500 ਤਿੰਨ ਗੁਣਾ ਸੱਤ ਤੋਂ ਜ਼ਿਆਦਾ ਕੋਤਾ ਇਹਨਾਂ ਮਤ ਅ ਇਹ ਨਹੀਂ ਕਿ ਮੈਂ ਚਾਹੁੰਦਾ ਕਿ ਦਿੱਲੀ ਅੱਗੇ ਜਾਵੇ ਮੈਂ ਤਾਂ ਵਾਹਿਗੁਰੂ ਕਰਦੇ ਅਰਦਾਸ ਸਾਹਮਣੇ ਕਰਦਾ ਕਿ ਸਾਰੇ ਸਾਡੇ ਸੂਬੇ ਦਿੱਲੀ ਸਮੇਤ ਸਾਰੇ ਠੀਕ ਹੋਣ ਲੇਕਿਨ ਇਸ ਸਮੇਂ ਜਦੋਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨਾ ਚਾਹੁੰਦਾ ਹੈ ਆ ਲੋਕ ਇਹ ਜੇ ਗੱਲਾਂ ਫਲਾਉਂਦੇ ਆਪ ਵਾਲੇ ਰੋਜ਼ ਬੋਲੀ ਜਾਂਦੇ ਨੇ ਇੱਥੇ ਉਹਨਾਂ ਦਾ ਪ੍ਰਧਾਨ ਬੋਲ ਦਿੰਦਾ ਕਈ ਹੋਰ ਬੋਲ ਦਿੰਦਾ ਸ਼ਰਮ ਨਹੀਂ ਆਉਂਦੀ ਉਹਨਾਂ ਨੇ ਲੋਕਾਂ ਨੂੰ ਕਿ ਤੁਸੀਂ ਇੱਕ ਪਾਸੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਔਰ ਤੁਸੀਂ ਮੈਨੂੰ ਕਿਹਾ ਸੀ ਇੱਕ ਵਾਰ ਸ਼ੁਰੂ ਚ ਬੋਲਦੇ ਹੋਏ ਕਿ ਅਸੀਂ ਸਰਕਾਰ ਨੂੰ ਪੂਰੀ ਸਪੋਰਟ ਕਰਾਂਗੇ ਸਪੋਰਟ ਹੈ ਆ ਕੇ ਤੁਸੀਂ ਸਾਨੂੰ ਸਪੋਰਟ ਕਰੋ ਸਾਰੇ ਪਾਰਟੀਆਂ ਸਪੋਰਟ ਕਰਨ ਔਰ ਆਪਾਂ ਇਹ ਨੂੰ ਆਪਣੇ ਸੂਬੇ ਦਾ ਦੁਸ਼ਮਣ ਸਮਝ ਕੇ ਇਸ ਬਿਮਾਰੀ ਨਾਲ ਦਾ ਸਾਹਮਣਾ ਕਰੀਏ ਅਗਰ ਪਾਕਿਸਤਾਨ ਦੇ ਜੰਗ ਹੋ ਜੇ ਜਾਂ ਚੀਨ ਦਾ ਜੰਗ ਹੋ ਜੇ ਆਪਾਂ ਸਾਰੇ ਇਕੱਠੇ ਨਹੀਂ ਹੋਵਾਂਗੇ ਲੜਨ ਨੂੰ ਇਹ ਵੀ ਸਾਡੀ ਇੱਕ 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 ਕਿਸਮ ਦੀ ਇਹ ਦੁਸ਼ਮਣ ਆਇਆ ਹੋਇਆ ਹੈ ਸਾਡੇ ਔਰ ਸਾਹਮਣਾ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਅੱਜ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਫਿਰ ਡਰਾਮੇ ਕਰਨ ਲੱਗ ਜਾਂਦੇ ਨੇ ਕੋਈ ਇੱਕ ਚੈਨਲ ਹੈ ਕੋਈ ਅਮਰੀਕਾ ਵਾਲਾ ਜਿਹਦਾ ਨਾਮ ਹੈ ਫਾਸਟ ਵੇ ਫਾਸਟ ਵੇ ਉਹਦੇ ਵਾਲਾ ਨਹੀਂ ਇਹ ਕੋਈ ਅਮਰੀਕਾ ਦਾ ਫਾਸਟ ਵੇ ਮੈਂ ਸੁਣ ਰਿਹਾ ਸੀ ਉਹਨੂੰ ਇੱਕ ਦਿਨ ਕੀ ਕਹਿ ਰਿਹਾ ਸੀ ਆ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਤਾ ਕਿ ਕਿੰਨੇ ਬੰਦੇ ਮਰਨ ਗਿਆਗੇ ਉਹ ਭਾਈ ਅਮਰਿੰਦਰ ਸਿੰਘ ਨਹੀਂ ਕੋਈ ਡਾਕਟਰ ਡਾਕਟਰ ਆ ਦੀ ਸਾਡੀ ਟੀਮ ਹੈ ਸਾਡੇ ਸੀਨੀਅਰ ਡਾਕਟਰ ਨੇ ਡਾਕਟਰ ਤਲਵਾਰ ਜੋ ਪੀਜੀਆ ਦੇ ਹੈਡ ਸੇ ਔਰ ਹਾਰਟ ਸਪੈਸ਼ਲਿਸਟ ਨੇ ਇੱਕ ਹਿੰਦੁਸਤਾਨ ਦੇ ਸਾਡੇ ਵਾਈਸ ਚਾਂਸਰ ਸੇ ਮੈਡੀਕਲ ਯੂਨੀਵਰਸਿਟੀ ਦੇ ਡਾਕਟਰ ਰਾਜਬਹਾਦਰ ਔਰ ਕਮਿਊਨਿਟੀ ਮੈਡੀਸਨ ਤੋਂ ਜਿਹੜੇ ਤੋਂ ਪੀਜੀਆ ਤੋਂ ਰਿਟਾਇਰ ਨੇ ਡਾਕਟਰ ਰਾਜੇਸ਼ ਕੁਮਾਰ ਇਹ ਤਿੰਨਾਂ ਦੀ ਟੀਮ ਹੈ ਰੋਜ਼ ਕੱਠੇ ਹੁੰਦੇ ਨੇ ਰੋਜ਼ ਦੇਖਦੇ ਨੇ ਦੁਨੀਆ ਕੀ ਹੁੰਦੀ ਹੈ ਹਿੰਦੁਸਤਾਨ ਦੇ ਹੋਰ ਸੂਬੇ ਅੱਜ ਕੀ ਹੁੰਦਾ ਹੈ ਔਰ ਪੂਰੇ ਕੀ ਹੁੰਦਾ ਹੈ ਔਰ ਇਹ ਗੱਲਾਂ ਫੇਰ ਇਹ ਇਹ ਡਾਕਟਰ ਸਾਹ ਦੱਸਦੇ ਨੇ ਕਿ ਕੀ ਹੋ ਰਿਹਾ ਔਰ ਉਹਨਾਂ ਦੇ ਮੁਤਾਬਕ ਇਹ ਹੁਣ ਆਪਣੀ ਬਿਮਾਰੀ ਜਿਹੜੀ ਹੈ ਚੜਤ ਸੇ ਔਰ ਮੈਂ ਤਾਂ ਹੀ ਤੁਹਾਨੂੰ ਕਹਾਂ ਸੀ ਪਿਛਲੀ ਵਾਰ ਜਦ ਮੈਂ ਬੋਲ ਰਿਹਾ ਸੀ ਤੁਹਾਡੇ ਨੂੰ ਕੋਵਿਡ ਦੇ ਬਾਰੇ ਵਿੱਚ ਕਿ ਆਪਾਂ ਸਪਟੈਂਬਰ ਦੇ ਵਿਚਾਲੇ ਔਰ ਅਕਤੂਬਰ ਦੇ ਦਰਮਿਆਨ ਇਹਦੇ ਸਾਡਾ ਅਸੀਂ ਸਿਰੇ ਚੜਾਂਗੇ ਇਸ ਬਿਮਾਰੀ ਚੜੇਗੀ ਫਿਰ ਉਤਰੇਗੀ ਉਸ ਤੋਂ ਬਾਅਦ। ਔਰ ਮੈਂ ਕਹਿਆ ਸੀ ਤੁਹਾਨੂੰ ਉਦੋਂ ਕਿ ਤਕਰੀਬਨ ਅਸੀਂ ਜਿਹੜੇ ਹੁਣ ਸਾਡੇ ਇਸ ਵੇਲੇ ਤਕਰੀਬਨ 60000 ਆਪਣੇ ਕੇਸ ਨੇ ਇਹ ਤਕਰੀਬਨ 110000 ਤਾਈਂ ਪਹੁੰਚਣਗੇ ਉਦੋਂ। ਔਰ ਸਾਡੀ ਜੜੀਆਂ ਵਾਇਰਸ ਕਰੇ ਨਾ ਹੋਏ ਲੇਕਿਨ ਜੋ ਉਹ ਦਸ ਨੇ ਡਾਕਟਰ 1749 ਮੋਤਾ ਨੇ 3000 ਤੱਕ ਪਹੁੰਚਣ ਗਿਆ ਇਹ ਡਾਕਟਰਾਂ ਦਾ ਜਿਹੜਾ ਸੀ ਕੰਮ ਜੋ ਜੋ ਉਹਨਾਂ ਨੇ ਮਹਾਰਾ ਨੇ ਦੱਸਿਆ ਉਹ ਮੈਂ ਤੁਹਾਡੇ ਸਾਹਮਣੇ ਕਰਨਾ ਕਿਉਂਕਿ ਮੈਂ ਲੋਗਾ ਤੋਂ ਕੋਈ ਕੋਣਾ ਨਹੀਂ ਚਾਹਦਾ ਜੋ ਅਸਲੀਅਤ ਹੈ ਉਹ ਮੈਂ ਲੋਗਾ ਦੇ ਸਾਹਮਣੇ ਹਰ ਵੇਲੇ ਰੱਖਦਾ ਕਦੇ ਵੀ ਤੁਸੀਂ ਮੈਨੂੰ ਜਾਣਦੇ ਹੋ 52 ਸਾਲ ਹੋ ਗਏ ਮੈਨੂੰ ਸਿਆਸਤ ਚ ਕਦੇ ਮੈਂ ਕਿਸਦੇ ਸਾਹਮਣੇ ਕੋਈ ਗਲਤ ਗੱਲ ਕੀਤੀ ਹੈ ਔਰ ਇਹੀ ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਦਾ ਕਿ ਜੋ ਡਾਕਟਰ ਦੱਸਦੇ ਨੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਤਾਂ ਕਿ ਆਪਾਂ ਸਾਰਿਆਂ ਨੇ ਇਹਨਾਂ ਦੇ ਰੜ ਕੇ ਆਪਾਂ ਨੇ ਲੜਾਈ ਲੈਣੀ ਹੈ ਔਰ ਉਸ ਕਰਕੇ ਉਹ ਕਾਰਨ ਹੈ ਜਿਹੜਾ ਮੈਂ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਕਿ ਇਹ ਗੱਲਾ ਆਪਾਂ ਇੱਕ ਇੱਕ ਦੂਜੇ ਦੇ ਨਾਲ ਰੜ ਕੇ ਇਸ ਦਾ ਸਾਹਮਣਾ ਆਪਾਂ ਕਰੀਏ ਅ دوسری ਗੱਲ ਲੋਕ ਕਹਿੰਦੇ ਨੇ ਸਾਡੀ ਪੰਜਾਬੀਆਂ ਦੀ ਇੱਕ ਬਿਮਾਰੀ ਹੈ ਨਾ ਆਪਾਂ ਦਲੇਰ ਹੈ ਆਪਾਂ ਤਕੜੇ ਹੈ ਔਰ ਆਪਾਂ ਸਮਝਦੇ ਹੈ ਕਿ ਕੋਈ ਗੱਲ ਨਹੀਂ ਜੀ ਅੱਜ ਥੋੜਾ ਜਿਹਾ ਜ਼ੁਖਾਮ ਹੋ ਗਿਆ ਕੱਲ ਠੀਕ ਹੋ ਜੂ ਬਦਨ ਦਾ ਦਰਦ ਹੈ ਜੀ ਕੱਲ ਠੀਕ ਹੋ ਜੂ ਮੌਸਮ ਦਾ ਅੱਜ بارش ਪਈ ਹੈ ਕੱਲ ਨੂੰ ਤੂਫਾਨੂਗੀਤਾਪਾ ਠੀਕ ਹੋ ਜਾਣਾ ਕਿ ਉਹ ਭਾਈ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਤੁਸੀਂ ਇੱਕ ਗੱਲ ਸਮਝੋ ਔਰ ਉਹ ਸਮਝੋ ਕਿ ਜਦੋਂ ਬਿਮਾਰੀ ਲੱਗਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਜ਼ੁਕਾਮ ਹੋਇਆ ਹੈ ਮੇਰਾ ਸਿਰ ਦਰਦ ਕਰ ਰਿਹਾ ਮੇਰਾ ਪੇਟ ਦਰਦ ਕਰ ਰਿਹਾ ਮੇਰਾ ਛਾਤੀ ਵਿੱਚ ਦਰਦ ਹੈ ਤੁਸੀਂ ਇਹ ਦਾ ਇੰਤਜ਼ਾਰ ਨਾ ਕਰੋ ਮੌਸਮ ਠੀਕ ਹੋਣ ਦਾ ਤੁਸੀਂ ਜਾ ਕੇ ਡਾਕਟਰ ਨੂੰ ਮਿਲੋ ਔਰ ਡਾਕਟਰ ਤੋਂ ਤੁਸੀਂ ਚੈੱਕ ਕਰਾਓ ਆਪਣਾ ਔਰ ਉਹ ਤੇ ਉਹ ਉਹ ਅਗਰ ਉਹ ਦੱਸੇਗਾ ਤੁਹਾਨੂੰ ਕਿ ਤੁਹਾਨੂੰ ਕੋਵਿਡ ਹੈ ਤਾਂ ਤੁਸੀਂ ਉਹਦਾ ਇਲਾਜ ਕਰਾਓ ਅੱਜ ਜਿਹੜਾ ਲੈਵਲ 1 ਹੈ ਜਦੋਂ ਆਹ ਜਿਹੜੀ ਬਿਮਾਰੀ ਮੈਂ ਤੁਹਾਨੂੰ ਦੱਸਿਆ ਜਿਸ ਤਰੀਕੇ ਨਾਲ ਆਉਂਦੀ ਹੈ ਲੈਵਲ 1 ਦੇ ਵਿੱਚ ਜਿਹੜੇ ਜਾ ਕੇ ਡਾਕਟਰ ਕੋਲ ਗਏ ਨੇ ਕਿਸੇ ਦੀ ਮੌਤ ਨਹੀਂ ਹੋਈ ਹੁੰਦੀ ਕਿਤੇ ਜਦੋਂ ਤੁਸੀਂ 2 ਲੈਵਲ ਜਾਂ 3 ਲੈਵਲ ਤੱਕ ਪਹੁੰਚ ਜਾਨੇ ਹੋ ਉਦੋਂ ਫਿਰ ਬਿਮਾਰੀ ਬਹੁਤ ਅੱਗੇ ਵਧੀ ਹੁੰਦੀ ਹੈ ਉਹ ਕੰਟਰੋਲ ਨਹੀਂ ਹੁੰਦੀ ਡਾਕਟਰਾਂ ਤੋਂ ਤਾਂ ਅਗਰ ਸ਼ੁਰੂ ਸ਼ੁਰੂ ਤੁਸੀਂ ਜਾਓਗੇ ਤੁਸੀਂ ਆਪਣੀ ਜਾਨਾ ਬਚਾਓਗੇ ਆਪਣੇ ਫੈਮਿਲੀ ਲਈ ਜਤਾਨਾ ਜਾਨਾ ਬਚਣ ਗਿਆ ਤੁਹਾਡੇ ਦੋਸਤਾਂ ਦੀਆਂ ਤੁਹਾਡੇ ਮਾਲੇਦਾਰਾਂ ਦੀਆਂ ਤੁਹਾਡੇ ਸ਼ਹਿਦਾਰ ਵਾਲਿਆਂ ਦੀ ਇਹ ਤੁਸੀਂ ਉਹਨਾਂ ਦੀ ਤੁਸੀਂ ਉਹਨਾਂ ਦਾ ਕਰ ਸਕੋਗੇ ਲੇਕਿਨ ਜੋ ਅੱਜ ਮਹਰ ਦਾਸਤੇ ਨੇ ਉਹ ਬੜਾ ਮੁਸ਼ਕਲ ਹੋਵੇਗਾ ਉਹਨਾਂ ਨੂੰ ਬਚਣਾ ਤਾਂ ਮੇਰੀ ਗੱਲ ਇਹ ਤੁਸੀਂ ਮੰਨੋ ਔਰ ਲੋਕਾਂ ਨੂੰ ਜਿਹੜੇ ਤੁਹਾਡੇ ਯਾਰ ਦੋਸਤ ਨੇ ਉਹਨਾਂ ਨੂੰ ਵੀ ਸਮਝਾਓ ਕੋਈ ਪੰਜਾਬ ਦੇ ਵਿੱਚ ਹਸਪੀਟਲਸ ਪ੍ਰਾਈਵੇਟ ਹਸਪਤਲ ਹੋਣ ਜਾਂ ਦੂਜੇ ਹਸਪਤਲ ਹੋਣ ਆਪਣੇ ਸਰਕਾਰੀ ਕੋਈ ਬੈੱਡ ਜੀ ਕੋਈ ਕਾਟ ਨਹੀਂ ਜੋ ਕੋਈ ਲੋਕ ਫਲਾ ਰਹੇ ਨੇ ਕਹਿੰਦੇ ਜੀ ਬੰਦੇ ਜਿਆਦਾ ਕੇਸ ਹੋ ਜਾਣਗੇ ਸਾਡੇ ਕੋਲ ਬੈੱਡ ਨਹੀਂ ਸਸੀਂ ਸਾਰਾ ਪ੍ਰਬੰਧ ਕੀਤਾ ਹੋਇਆ ਸਾਰੀ ਦਵਾਈਆਂ ਦਾ ਪ੍ਰਬੰਧ ਹੈ ਸਾਰੀ ਮਸ਼ੀਨਾਂ ਦਾ ਪ੍ਰਬੰਧ ਹੈ ਸਾਰੇ ਡਾਕਟਰਾਂ ਦਾ ਪ੍ਰਬੰਧ ਹੈ ਕਿਤੇ ਕਮੀਆਂ ਡਾਕਟਰਾਂ ਦੀ ਉਹ ਡਾਕਟਰ ਆਰਸੀ ਫੇ ਰੱਖ ਰਹੇ ਹਨ ਹੋਰ ਰੱਖ ਰਹੇ ਜਿਹੜੇ ਰਿਟਾਇਰ ਹੋ ਰਹੇ ਉਹਨਾਂ ਨੂੰ ਵੀ ਦਿੱਤਾ ਅਸੀਂ ਨਾਲ ਨਾਲੇ ਨਵੇਂ-ਨਵੇਂ ਡਾਕਟਰ ਅਸੀਂ ਭਰਤੀ ਕਰ ਰਹੇ ਹਾਂ ਤਾਂ ਕਿ ਇਸ ਬਿਮਾਰੀ ਦਾ ਕਿਉਂਕਿ ਇਹ ਸਭ ਬਿਮਾਰੀ ਦਾ ਕੁਝ ਨਹੀਂ ਪਤਾ ਅੱਜ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਦੇ ਬਿਮਾਰੀ ਮੁੱਕਣੀ ਹੈ ਕੋਈ ਨਹੀਂ ਦੱਸ ਸਕਦਾ ਅਮਰੀਕਾ ਨਹੀਂ ਦੱਸ ਸਕਦੇ ਬਲੈਤੀ ਨਹੀਂ ਦੱਸਦੇ ਜਰਮਨੀ ਦੱਸਦਾ ਸੁਤਚਨ ਨਹੀਂ ਦੱਸ ਸਕਦਾ ਆਪਣੇ ਮਾਰ ਨਹੀਂ ਦੱਸ ਸਕਦੇ ਕਿਉਂਕਿ ਕੁਛ ਨੂੰ ਪਤਾ ਹੀ ਨਹੀਂ ਹੈ ਬਿਮਾਰੀ ਹੈ ਕਿ ਚੀਜ਼ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਹੈ ਕਿ 1918 ਔਰ 1919 ਇੱਕ ਸਪੈਨਿਸ਼ ਇਨਫਲੂਐਂza ਹੋਇਆ ਸੀ ਸਪੇਨ ਦੇ ਵਿੱਚ ਉਹ ਸਪੈਨਿਸ਼ ਇਨਫਲੂਐਂza ਆਇਆ ਸੀ ਔਰ 3 ਸਾਲ ਰਿਹਾ ਸੀ 3 ਸਾਲ ਔਰ ਉਹਦਾ 1 ਕਰੋੜ ਬੰਦਿਆਂ ਦੀ ਇੱਥੇ ਮੌਤਾਂ ਹੋਈਆਂ ਸੀ ਉਹਨਾਂ ਔਰ ਉਹ ਉਹ 1 ਕਰੋੜ ਮੌਤਾਂ ਔਰ 3 ਸਾਲ ਹੋ ਗਏ 83 ਤਾਂ ਸਾਨੂੰ ਪਤਾ ਹੁਣ ਕੀ ਹੋਣ ਹੁਣ ਜ਼ਰੂਰ ਫਰਕ ਪੈ ਗਿਆ 100 ਸਾਲ ਦੇ ਵਿੱਚ ਨਵੇਂ ਲੈਬਾਰਟਰੀ ਆ ਗਿਆ ਨਾ ਸਭ ਕੁਝ ਹੋ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਗਰ ਇਸ ਵੈਕਸੀਨ ਵਗੈਰਾ ਜਿਹੜੇ ਬਣ ਰਹੇ ਨੇ ਜਲਦੀ ਆ ਜਾਣ ਤਾਂ ਆਪਾਂ ਲੋਕਾਂ ਨੂੰ ਪਹਿਲਾਂ ਹੀ ਐਡਵਾਂਸ ਦੇ ਸਕਦੇ ਆਂ ਲੇਕਿਨ ਹਾਲੇ ਕੁਝ ਨਹੀਂ ਪਤਾ ਸਾਨੂੰ ਕਿ ਕਦੋਂ ਆਊਗਾ ਔਰ ਕਿਵੇਂ ਆਉਣ ਗਿਆ ਤੋ ਇਹਦਾ ਇਹਦਾ ਇਹ ਪਰਵਾਹ ਨਾ ਕਰੋ ਸਾਰਾ ਪ੍ਰਬੰਧ ਅਸੀਂ ਇਹ ਦੇ ਤਾ ਇਹਦਾ ਰੱਖਿਆ ਹੋਇਆ ਤਿਆਰ ਔਰ ਦੂਸਰਾ ਇੱਕ ਵਾਰ ਮੈਂ ਫੇਰ ਕਹਿਣਾ ਇਹ बार-बार ਇਹਨੂੰ ਆਕਸੀਮੀਟਰ ਦੀ ਗੱਲਾਂ ਕਰੀ ਜਾਂਦੇ ਨੇ ਇਹ ਇਹਨਾਂ ਦੇ ਗੱਲਾਂ ਤਾਂ ਤੁਸੀਂ ਛੱਡੋ ਆਕਸੀਮੀਟਰ ਜ਼ਰੂਰ ਆਪਣਾ ਟੈਸਟ ਕਰਾਓ ਜਦ ਤੁਹਾਡੇ ਆਸ਼ਾ ਵਰਕਰ ਜਾਂਦੇ ਨੇ ਲੋਕ ਕਹਿੰਦੇ ਨੇ ਸਾਰਿਆਂ ਨੂੰ ਇੱਕ ਇੱਕ ਆਕਸੀਜਨ ਆਕਸੀਮੀਟਰ ਦੇ ਦੋ ਉਹਦਾ ਫਾਇਦਾ ਕੀ ਹੈ ਅਗਰ ਸਰਪੰਚ ਨੂੰ ਵੀ ਤੁਸੀਂ ਇੱਕ ਨੂੰ ਦੇ ਦੋ ਆਕਸੀਮੀਟਰ ਦਾ ਫਾਇਦਾ ਕੁਝ ਨਹੀਂ ਕਿਉਂਕਿ ਹਰ ਵੇਲੇ ਜਦ ਤੁਸੀਂ ਉਸ ਮਸ਼ੀਨ 'ਤੇ ਤੁਸੀਂ ਆਪਾਂ ਉਂਗਲ ਪਾਉਣੀ ਹੈ ਪਹਿਲਾਂ ਉਸ ਮਸ਼ੀਨ ਨੂੰ ਡਿਸਇਨਫੈਕਟ ਕਰਨਾ ਪਊਗਾ ਔਰ ਡਿਸਇਨਫੈਕਸ਼ਨ ਦੇ ਵਾਸਤੇ ਕੁਛ ਪੰਜਾਂ ਚਾ ਕੋਲ ਕੋਈ ਚੀਜ਼ਾਂ ਨਹੀਂ ਹੁੰਦੀਆਂ ਜਿਹੜੇ ਤੁਹਾਡੇ ਮੈਡੀਕਲ ਟੀਮਾਂ ਜਾਂਦੇ ਨੇ ਆਸ਼ਵ ਵਰਕਰ ਜਾਂਦੇ ਨੇ ਉਹਨਾਂ ਕੋਲ ਦੇ ਤੋਂ ਇੱਕ ਟੈਸਟ ਕਰਾਉਣ ਤੋਂ ਬਾਅਦ ਉਹ ਸਾਫ਼ ਕਰ ਦੇਣਗੇ ਤਾਂ ਕਿ ਦੂਸਰਾ ਟੈਸਟ ਹੋ ਸਕੇ। ਤੋਂ ਅਸੀਂ ਉਹਦੇ ਵਾਸਤੇ ਕੋਈ ਕਾਟ ਨਹੀਂ 10000 ਪਹਿਲਾਂ ਮੰਗਵਾਇਆ ਸੀ ਆਕਸਿਮੀਟਰ 50000 ਹੋ ਰ ਆ ਰਹੇ ਨੇ ਔਰ ਸਾਰੇ ਕਿਤੇ ਸਾਡੇ ਕੋਲ ਆਕਸਿਮੀਟਰ ਦੀ ਪਰ ਉਹ ਸਿਰਫ ਤੁਹਾਨੂੰ ਦੱਸੂਗਾ ਉਹ ਕਿ ਤੁਹਾਨੂੰ ਅੱਜ ਕੁਝ ਤੁਹਾਡੀ ਬਦਨ ਦੇ ਵਿੱਚ ਆਕਸੀਜਨ ਦੀ ਜਜ਼ਬ ਜਿਹੜਾ ਹੋ ਰਿਹਾ ਉਹ ਘਟ ਹੈ। ਔਰ ਫੇਰ ਤੁਹਾਨੂੰ ਕਰਾਣੀ ਪਊਗੀ ਦੂਜਾ ਟੈਸਟ ਅਗਰ ਤੁਸੀਂ ਦੂਜਾ ਟੈਸਟ ਪਹਿਲਾਂ ਹੀ ਕਰਾ ਲਓ ਉਹ ਤੁਹਾਨੂੰ ਤੁਹਾਨੂੰ ਫਿਰ ਇਸ ਆਕਸੀਮੀਟਰ ਦੀ ਲੋੜ ਨਹੀਂ ਪੈਣੀ ਤਾਂ ਇਹੀ ਮੇਰੀ ਤੁਹਾਨੂੰ ਬਾਰ-ਬਾਰ ਮੈਂ ਤੁਹਾਨੂੰ ਇਹ ਕਹਿੰਨਾ ਹੈ ਔਰ ਮੈਂ ਅੱਜ ਸਮਝਿਆ ਸੀ ਕਿ ਇੱਕ ਖਾਸ ਗੱਲ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇਹ ਇਹ ਜਿਹੜੇ ਫੇਸਬੁੱਕ ਦੇ ਲਾਇਆ ਹੋ ਰਹੇ ਐਸੇ ਪਖੰਡੀ ਲੋਕ ਐਸੇ ਖਰਾਬ ਕਰ ਰਹੇ ਨੇ ਸਾਡੇ ਪੰਜਾਬ ਨੂੰ ਔਰ ਸਾਡੇ ਦੇਸ਼ ਨੂੰ ਉਹਨਾਂ ਤੋਂ ਦੂਰ ਰਹੋ ਜੋ ਗੱਲ ਤੁਹਾਨੂੰ ਮਾਰ ਦੱਸਦੇ ਨੇ ਸਾਡੇ ਡਾਕਟਰ ਆਉਂਦੇ ਨੇ ਟੀਵੀ 'ਤੇ ਆਉਂਦੇ ਉਹ ਦੱਸਦੇ ਨੇ ਜਾਂ ਸਾਡੇ ਸਰਕਾਰ ਦੇ ਕੋਈ ਜਿਹੜੇ ਸਾਡੇ ਅਫਸਰ ਵਗੈਰਾ ਆਉਂਦੇ ਨੇ ਜਾਂ ਸਾਡੇ ਵਜ਼ੀਰ ਆਉਂਦੇ ਨੇ ਜਾਂ ਐਮਐਲਏ ਆਉਂਦੇ ਨੇ ਉਹਨਾਂ ਦੀ ਗੱਲਾਂ ਤੁਸੀਂ ਸੁਣੋ ਔਰ ਆਪਾਂ ਆਪਣੇ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪੰਜਾਬੀਆਂ ਨੂੰ ਆਪਾਂ ਬਚਾਈਏ ਔਰ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੀਏ